ਜ਼ਿਲ੍ਹਾ ਮੁਕਤਸਰ ਸਾਹਿਬ ਦੀ ਕ੍ਰਾਈਮ ਬ੍ਰਾਂਚ CIA ਨੂੰ ਇੱਕ ਸਿਕਿਉਰਿਟੀ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਗਿਰੋਹ ਹੈ ਜਿਹਦੇ ਵਿੱਚ ਹੁਣ ਤੱਕ ਅਸੀਂ ਸਾਨੂੰ 3 ਮੈਂਬਰ ਮਿਲੇ ਹੈ ਕਿ ਉਹ ਬੰਦੇ ਵੱਖਰੇ ਵੱਖਰੇ ਏਰੀਆ 'ਚੋਂ ਖਾਸ ਕਰਕੇ ਹਰਿਆਣਾ ਸਿਰਸਾ ਮਲੋਟ ਫਿਰੋਜ਼ਪੁਰ ਫਜ਼ਿਲਕਾ ਵਗੈਰਾ ਏਰੀਆ ਤੋਂ ਮੋਟਰਸਾਈਕਲ ਚੋਰੀ ਕਰਕੇ ਵੱਖਰੇ ਵੱਖਰੇ ਲੋਕਾਂ ਨੂੰ ਵੱਖਰੇ ਵੱਖਰੇ ਡਿਸਟ੍ਰਿਕਟ ਦੇ ਵਿੱਚ ਵੇਚਦੇ ਹੈ। ਉਸ ਇਨਫੋਰਮੇਸ਼ਨ ਦੇ ਆਧਾਰ ਦੇ ਉੱਪਰ ਬੱਸ ਸਟੈਂਡ ਔਲਖ ਮਲੋਟ ਦੇ ਏਰੀਆ ਦੇ ਵਿੱਚ ਨਾਕਾ ਲਾਇਆ ਗਿਆ ਸੀਗਾ, ਜਿੱਥੇ ਸ਼ੱਕੀ ਜਿਹਾ ਮੋਟਰਸਾਈਕਲ ਸੀ ਉਹ ਚੈਕਿੰਗ ਦੇ ਦੌਰਾਨ ਰੋਕਿਆ ਗਿਆ। ਉਹਦੇ ਉੱਪਰ 3 ਲੜਕੇ ਸਵਾਰ ਸੀਗੇ, ਨਵਦੀਪ ਸਿੰਘ ਉਰਫ ਨਵੀ, ਤਰਸੇਮ ਸਿੰਘ ਉਰਫ ਤਰਸੇਮ ਸਿੰਘ ਸਨ ਆਫ ਜਾਗਰ ਸਿੰਘ ਅਤੇ ਲਖਵਿੰਦਰ ਸਿੰਘ ਉਰਫ ਕਾਲੀ। ਇਹਨਾਂ ਤੋਂ ਜਦੋਂ ਮੋਟਰਸਾਈਕਲ ਦੇ ਡਾਕੂਮੈਂਟਸ ਬਾਰੇ ਪੁੱਛਿਆ ਗਿਆ ਤਾਂ ਕੋਈ ਡਾਕੂਮੈਂਟਸ ਰਿਕਵਰ ਨਹੀਂ ਹੋਏ, ਔਰ ਉਹ ਮੋਟਰਸਾਈਕਲ ਚੋਰੀ ਦਾ ਜਦੋਂ ਵਾਹਨ ਐਪ ਦੇ ਉੱਪਰ ਚੈੱਕ ਕੀਤਾ ਗਿਆ ਤਾਂ ਪਾਇਆ ਗਿਆ ਜਿਸ ਆਧਾਰ ਦੇ ਉੱਪਰ ਸਦਰ ਮਲੋਟ ਥਾਣੇ ਦੇ ਵਿੱਚ FIR ਨੰਬਰ 96 ਰਜਿਸਟਰ ਕੀਤਾ ਗਿਆ ਸੀ। ਅਤੇ ਅੱਗੇ ਪੁੱਛਗਿੱਛ ਦੇ ਦੌਰਾਨ ਇਹ ਬਹੁਤ ਬੜੇ ਇੰਟਰਸਟੇਟ ਮੋਟਰਸਾਈਕਲ ਥੈਫਟ ਦਾ ਗਿਰੋਹ ਸਾਹਮਣੇ ਆਇਆ, ਜਿਹਦੇ ਵਿੱਚ ਸਾਨੂੰ ਹੁਣ ਤੱਕ ਟੋਟਲ 41 ਮੋਟਰਸਾਈਕਲ ਰਿਕਵਰ ਹੋਏ ਹੈ, ਜੇ ਮੁਕਤਸਰ ਸਾਹਿਬ ਡਿਸਟ੍ਰਿਕਟ ਦੇ ਮਲੋਟ ਲੱਖੇਵਾਲੀ ਸਿਟੀ ਮੁਕਤਸਰ ਔਰ ਲੰਬੀ ਥਾਣੇ ਤੋਂ, ਉਸ ਤੋਂ ਇਲਾਵਾ ਡੱਬਵਾਲੀ ਸਿਰਸਾ ਫਿਰੋਜ਼ਪੁਰ ਫਜ਼ਿਲਕਾ ਜ਼ਿਲ੍ਹੇ ਤੋਂ ਵੀ ਇਹਨਾਂ ਨੇ ਮੋਟਰਸਾਈਕਲ ਚੋਰੀ ਕੀਤੇ ਹੈ। ਅਤੇ ਜਿਸ ਥਾਂ ਦੇ ਉੱਪਰ ਇਹ ਮੋਟਰਸਾਈਕਲ ਰੱਖਦੇ ਸੀਗੇ ਅਤੇ ਲੋਕਾਂ ਨੂੰ ਅੱਗੇ ਵੇਚਦੇ ਸੀ ਵਿਦਾਊਟ ਡਾਕੂਮੈਂਟਸ, ਉਹ ਥਾਂ ਤੋਂ ਅਸੀਂ ਜਦੋਂ ਅੱਗੇ ਰੇਡ ਕੀਤਾ ਉੱਥੇ ਤੋਂ ਸਾਨੂੰ ਹੋਰ ਜੋ ਮੋਟਰਸਾਈਕਲ ਸੀਗੇ ਬਰਾਮਦ ਹੋਏ, ਜੇ ਟੋਟਲ 41 ਮੋਟਰਸਾਈਕਲ ਨਿਕਲੇ। ਇਹਦੇ ਵਿੱਚ ਜੇ ਹੁਣ ਤੱਕ ਸਾਡੇ ਰਿਕਾਰਡ ਦੇ ਮੁਤਾਬਿਕ ਲਵਦੀਪ ਸਿੰਘ ਹੈ ਉਹਦੇ ਖਿਲਾਫ਼ 3 ਪਰਚੇ ਰਜਿਸਟਰ ਨੇ, ਅਤੇ ਬਾਕੀ ਦੇ ਖਿਲਾਫ਼ ਹੋਰ ਰਿਕਾਰਡ ਅਸੀਂ ਪੁੱਛਗਿੱਛ ਕਰਦੇ ਹਾਂ। ਉਹਦੇ ਬਾਰੇ ਤੁਹਾਨੂੰ ਅਸੀਂ ਬਾਅਦ 'ਚ ਦੱਸਾਂਗੇ ਜਦੋਂ ਸਾਡੀ ਹੋਰ ਅੱਗੇ ਰਿਕਵਰੀਜ਼ ਵਗੈਰਾ ਹੋ ਜਾਂਦੀ, ਬੰਦੇ ਫੜੇ ਜਾਂਦੇ, ਉਸ ਤੋਂ ਬਾਅਦ ਦੱਸਾਂਗੇ। ਇਹ ਐਫੀਡੇਵਿਟ ਦੇ ਆਧਾਰ ਪਰ ਵਿਦਾਊਟ ਐਨੀ ਡਾਕੂਮੈਂਟਸ ਵੇਚਦੇ ਸੀਗੇ, ਅਤੇ ਜ਼ਿਆਦਾਤਰ ਮੋਟਰਸਾਈਕਲ ਪਿੰਡਾਂ ਦੇ ਵਿੱਚ ਯੂਜ਼ ਹੁੰਦੇ ਹੈ ਕਿ ਜੇ ਨੋਰਮਲ ਸਿਟੀ ਦੇ ਵਿੱਚ ਜਿੱਥੇ ਚੈਕਿੰਗ ਵਗੈਰਾ ਜ਼ਿਆਦਾ ਹੁੰਦੀ ਉਸ ਏਰੀਆ ਦੇ ਵਿੱਚ ਨਹੀਂ ਆਉਂਦੇ, ਇਸ ਕਰਕੇ ਬਚੇ ਰਹਿੰਦੇ ਸੀਗੇ। ਬਟ ਅਸੀਂ ਜਦੋਂ ਹੁਣ ਇਹਨਾਂ ਦੀ ਪੁੱਛਗਿੱਛ ਕਰਾਂਗੇ, ਇਹਨਾਂ ਨੇ ਪਹਿਲੇ ਹੀ ਰਿਕਵਰ ਹੋਏ, ਉਸ ਤੋਂ ਇਲਾਵਾ ਜੇ ਮੋਟਰਸਾਈਕਲ ਇਹਨਾਂ ਨੇ ਪਹਿਲੇ ਚੋਰੀ ਕੀਤੇ ਹੈ ਉਹਦੇ ਬਾਰੇ ਸਾਡੀ ਪੁੱਛਗਿੱਛ ਦੇ ਦੌਰਾਨ ਜੇ ਕੁਝ ਚੀਜ਼ ਆਊਗੀ ਉਹਦੇ ਬਾਰੇ ਤੁਹਾਨੂੰ ਬਾਅਦ 'ਚ ਅਸੀਂ ਵਾਪਸ ਦੱਸਾਂਗੇ। ਮੋਟਰਸਾਈਕਲ ਰੇਡੀਆਂ ਫੜਨ ਦੀ ਲੋੜ ਹੈ, ਬਹੁਤ ਵੱਡੀ ਗਿਣਤੀ ਹਰੇਕ ਸ਼ਹਿਰ 'ਚ ਰੇਡੀਆਂ ਨੇ ਜਿਹੜੀਆਂ ਬਾਈਕ 'ਤੇ ਚੱਲਦੀਆਂ ਨੇ, ਕਾਗਜ਼ ਨਹੀਂ ਉਹਨਾਂ ਕੋਲ ਹੁੰਦੇ ਜੀ? ਉਹ ਇਹਨਾਂ ਨੇ ਆਲਰੇਡੀ ਸਾਡੀ ਇਨਫੋਰਮੇਸ਼ਨ ਜੇ ਇੰਟਰੋਗੇਸ਼ਨ ਉਹਦੇ ਵਿੱਚ ਦੱਸਿਆ ਹੈ, ਬਟ ਇਹਦੇ ਬਾਰੇ ਡਿਟੇਲਡ ਇਨਵੈਸਟੀਗੇਸ਼ਨ ਦੀ ਲੋੜ ਹੈ, ਉਸ ਤੋਂ ਬਾਅਦ ਹੀ ਇਹਦੇ ਉੱਪਰ ਕੰਮ ਕੀਤਾ ਜਾ ਸਕਦਾ। ਨਾ ਸਾਰੇ ਏਰੀਆ 'ਚ ਵੇਚੇ, ਮੁਕਤਸਰ ਮਲੋਟ ਬਟਿੰਡਾ ਡੱਬਵਾਲੀ ਸਾਰੇ ਏਰੀਆ ਦੇ ਵਿੱਚ ਉਹਨਾਂ ਨੂੰ ਜੇ ਠੀਕ ਪ੍ਰਾਈਸ ਮਿਲਦੀ ਸੀ ਉੱਥੇ ਵੇਚ ਦਿੰਦੇ ਨਹੀਂ। ਹੁਣ ਤੱਕ ਦੀ ਜੇ ਪੁੱਛਗਿੱਛ ਹੈ ਉਹਦੇ ਮੁਤਾਬਿਕ ਇਹਨਾਂ ਨੇ ਆਮ ਲੋਕਾਂ ਨੂੰ ਸਿੱਧੇ ਹੀ ਵੇਚਿਆ ਹੈਗਾ, ਅਤੇ 50-55 ਹਜ਼ਾਰ 60 ਹਜ਼ਾਰ ਦੀ ਮੋਟਰਸਾਈਕਲ ਉਹਨਾਂ ਨੇ 15,000-20,000 ਆਲਮੋਸਟ ਅੱਧੀ ਪ੍ਰਾਈਜ਼ ਦੇ ਉੱਪਰ ਵੇਚ ਦਿੱਤੀ, ਜਿਸ ਕਰਕੇ ਲੋਕ ਜ਼ਿਆਦਾ ਡਾਕੂਮੈਂਟਾਂ ਦੇ ਬਾਰੇ ਜਾਂ ਹੋਰ ਕੋਈ ਰਿਕੁਆਇਰਡ ਜੇ ਚੀਜ਼ਾਂ ਹੁੰਦੀ ਹੈ ਆਈਡੈਂਟੀਫਿਕੇਸ਼ਨ ਓਨਰਸ਼ਿਪ ਵਾਸਤੇ ਉਹਦਾ ਪਤਾ ਕਰੇ ਬਗੈਰ ਪਰਚੇਸ ਵੀ ਕਰ ਲੈਂਦੇ ਸੀ, ਕਿਉਂਕਿ ਇਹ ਨਾਲ ਇੱਕ ਐਫੀਡੇਵਿਟ ਫੋਰਮ 'ਚ ਲੈਂਦੇ ਸੀਗੇ ਕਿ ਅਸੀਂ ਇਹ ਗੱਡੀ ਤੁਹਾਨੂੰ ਵੇਚੀ।